ਇਸ ਤਰ੍ਹਾਂ ਸਰਕਾਰ ਜਿਹੜੀ ਸੁਰੱਖਿਆ ਦਿੰਦੀ ਹੈ ਨਾ, ਇਹ ਕੋਈ ਮਿਨਿਸਟਰ ਜਾਂ ਕੋਈ ਸਰਕਾਰ ਇਸ ਤਰ੍ਹਾਂ ਨਹੀਂ ਦਿੰਦੀ। ਜੇ ਕਿਸੇ ਵਿਅਕਤੀ ਨੂੰ ਕੋਈ ਖਤਰਾ ਹੋਵੇ ਬਹੁਤ ਜ਼ਿਆਦਾ, ਤਾਂ ਉਸ ਨੂੰ ਦੇਖਦੇ ਹੋਏ ਪੂਰੀ ਰਿਪੋਰਟ ਆਉਂਦੀ ਆ। ਉਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਵੀ ਹੁੰਦੀਆਂ ਨੇ, ਬਾਕੀ ਵੀ ਸਾਰੇ ਹੁੰਦੇ ਆ। ਇੱਕ ਵਿਵਸਥਾ ਹੈਗੀ ਜਿਸ ਤਰ੍ਹਾਂ ਦੀ ਬਣੀ ਹੋਈ ਆ, ਤਾਂ ਸੁਰੱਖਿਆ ਦਿੱਤੀ ਜਾਂਦੀ ਹੈ। ਸੰਨੀ ਦਿਓਲ ਜੀ ਦੇ ਲਈ ਉਹਨਾਂ ਨੂੰ ਲੱਗਿਆ ਹੋਣਾ ਕਿ ਕੋਈ ਖਦਸ਼ੇ ਹੋਣੇ ਆ ਜਾਂ ਇਨਪੁੱਟਸ ਹੁੰਦੀਆਂ ਨੇ, ਅਤੇ ਉਹਨਾਂ ਨੂੰ ਲੱਗਿਆ ਹੋਣਾ ਕਿ ਜ਼ਿਆਦਾ ਉਹਨਾਂ ਨੂੰ ਖਤਰਾ ਹੈਗਾ, ਤਾਂ ਇਸ ਕਰਕੇ ਸੁਰੱਖਿਆ ਦਿੱਤੀ ਗਈ ਹੋਣੀ ਹੈ। ਮੈਂ ਤਾਂ ਸਮਝਦਾ ਕਿ ਉਹਦੇ 'ਤੇ ਕੋਈ ਇਤਰਾਜ਼ ਕਰਨ ਵਾਲੀ ਗੱਲ ਨਹੀਂ ਹੈ, ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਔਰ ਸਰਕਾਰ ਸਮਝੇਗੀ ਤਾਂ ਵਾਪਸ ਵੀ ਲੈ ਲੈਂਦੀ ਹੈ। ਬਾਈ ਪਲੱਸ ਸਕਿਉਰਿਟੀ ਜਿਹੜੀ ਉਹ ਦਿੱਤੀ ਗਈ, ਮੈਨੂੰ ਵੈਸੇ ਇਹ ਜਾਣਕਾਰੀ ਨਹੀਂ ਹੈ, ਪਰ ਜੇ ਦਿੱਤੀ ਗਈ ਹੈ ਤਾਂ ਮੈਂ ਕੋਈ ਉਹਦੇ 'ਚ, ਕਿਉਂਕਿ ਮੈਂਬਰ ਪਾਰਲੀਮੈਂਟ ਨੇ, ਆਨਰੇਬਲ ਮੈਂਬਰ ਪਾਰਲੀਮੈਂਟ ਨੇ, ਔਰ ਉਹ ਲੋਕਾਂ ਦੀ ਗੱਲ ਵੀ ਕਰਦੇ ਰਹਿੰਦੇ ਆ, ਆਪਦੇ ਹਲਕੇ ਦੀ ਵੀ ਸੇਵਾ ਕਰਦੇ ਆ। ਕਈ ਵਾਰ ਕਈ ਖਦਸ਼ੇ ਹੋ ਜਾਂਦੇ, ਉਹਨਾਂ ਦੀ ਜਿਹੜੀ ਕੰਸਟੀਚੁਐਂਸੀ ਆ ਉਹ ਬਾਰਡਰ 'ਤੇ ਵੀ ਪੈਂਦੀ ਆ, ਅਤੇ ਇਸ ਕਰਕੇ ਹੋ ਸਕਦਾ ਉਹਨਾਂ ਨੂੰ ਦਿੱਤੀ ਗਈ ਹੋਵੇ। ਤੁਸੀਂ ਵੀ ਸੁਰੱਖਿਆ ਦੀ ਮੰਗ ਕੀਤੀ ਹੈ ਜਾਂ ਤੁਹਾਨੂੰ ਵੀ ਸੁਰੱਖਿਆ ਦੀ? ਮੈਂ ਕਦੇ ਮੰਗ ਨਹੀਂ ਕਰਦਾ ਸੁਰੱਖਿਆ ਦੀ, ਮੈਨੂੰ ਤਾਂ ਆਪਣੇ ਆਪ ਸਰਕਾਰ ਦੇਖ ਕੇ ਦੇਊਗੀ। ਜੇ ਉਹਨਾਂ ਨੂੰ ਲੱਗੇਗਾ ਕਿ ਮੈਨੂੰ ਕੋਈ ਖਤਰਾ ਹੈਗਾ ਦੇ ਦੇਣਗੇ, ਜੇ ਨਹੀਂ ਲੱਗੇਗਾ ਤਾਂ ਨਹੀਂ ਦੇਣਗੇ, ਕੋਈ ਗੱਲ ਨਹੀਂ। ਥਰੈਟ ਆ ਰਿਹਾ ਤੁਹਾਨੂੰ ਕਿਸੇ ਤਰੀਕੇ ਨਾਲ, ਕੋਈ ਥਰੈਟ ਆ ਰਿਹਾ? ਉਹ ਸਭ ਚੱਲਦਾ ਰਹਿੰਦਾ ਹੈ, ਤਾਂ ਜਦੋਂ ਤੁਸੀਂ ਸਮਾਜਿਕ ਜੀਵਨ 'ਚ ਹੁੰਦੇ ਹੋ, ਤੁਹਾਨੂੰ ਸੱਚੀ ਗੱਲ ਕਰਦੇ ਹੋ, ਕਹਿੰਦੇ ਹੋ ਕੋਈ ਗੱਲ ਆਪਦੀ ਪਾਰਟੀ ਦਾ ਪੱਖ। ਮੈਂ ਕੋਈ ਕਈ ਵਾਰ ਕੀ ਕਹਿੰਦੇ, ਜਿਸ ਤਰ੍ਹਾਂ ਹੁਣ ਆ ਕਾਨੂੰਨਾਂ ਦੇ ਬਾਰੇ ਕਿਹਾ ਕਿ ਵੀ ਕਾਨੂੰਨ ਰੱਦ ਨਹੀਂ ਹੋਣੇ, ਹੁਣ ਇਹ ਮੇਰੀ ਸਰਕਾਰ ਦੀ ਪਾਲਿਸੀ ਹੈ ਤਾਂ ਮੈਨੂੰ ਕਹਿਣਾ ਹੀ ਪਏਗਾ। ਕੋਈ ਮੈਂ ਕਿਸਾਨਾਂ ਦੇ ਖਿਲਾਫ਼ ਥੋੜ੍ਹਾ ਹੈਗਾ, ਮੈਂ ਤਾਂ ਖੁਦ ਕਿਸਾਨ ਹਾਂ, ਖੁਦ ਕਿਸਾਨਾਂ ਦੀ ਗੱਲ ਕਰਨ ਲਈ ਇੱਥੇ ਦਿੱਲੀ ਅਸੀਂ, ਮੈਂ ਅਤੇ ਜਾਣੀ ਜੀ ਸੁਰਜੀਤ ਜਾਣੀ ਜੀ ਬੈਠੇ ਹੋਏ ਹਾਂ। ਧਮਕੀਆਂ ਵੀ ਆ ਰਹੀਆਂ ਤੁਹਾਨੂੰ, ਕੋਈ ਕਿਸੇ ਤਰੀਕੇ ਨਾਲ ਫੋਨ ਕਾਲ ਆ ਰਹੇ? ਉਹ ਸਭ ਚੱਲਦਾ ਰਹਿੰਦਾ, ਪਰ ਇਹ ਗੱਲਾਂ ਮੀਡੀਆ 'ਚ ਕਹਿਣ ਵਾਲੀਆਂ ਨਹੀਂ ਹੁੰਦੀਆਂ, ਅਤੇ ਕੋਈ ਗੱਲ ਨਹੀਂ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇ ਮੇਰੇ ਜਾਣ ਨਾਲ ਇਸ ਦੁਨੀਆ ਤੋਂ ਕਿਸਾਨਾਂ ਦੇ ਹਿੱਤ ਪੂਰੇ ਹੁੰਦੇ ਹੋਣ, ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ।